ਮੇਰੀ ਗੱਲ ਸੁਣ ਬੈਠ। ਹਾਂ ਬੋਲ। ਗੱਲ ਇਹ ਕਿ ਪੁੱਤਰ ਭਰਾ ਤੇਰਾ ਨਸ਼ਾ ਜਿਹੜਾ ਯੂਰਪ ਦਾ ਤੇ ਮੈਂ ਬੜਾ ਹੀ ਪੁੱਤਰੇ ਜਾਂ, ਇੱਕ ਤੂੰ ਜਵਾਨ ਮੈਂ ਤੇਰਾ ਸੋਚਾਂ ਕਿ ਇਹ ਤੇਰੇ ਵੀਰ ਦਾ ਸੋਚ, ਇੱਕ ਉਹਦਾ ਨਸ਼ਈਆ ਮੁੰਨਾ ਉਹਦੇ ਹੱਥੋਂ ਪੁੱਤਰ ਉਹਦੇ ਹੱਥੋਂ ਮੈਂ ਤਾਂ, ਜੇ ਰੱਬ ਨੇ ਦੋ ਪੁੱਤ ਦਿੱਤੇ ਸੀ ਤਾਂ ਉਹਦਾ ਮੈਨੂੰ ਦੋ ਧੀਆਂ ਹੋਰ ਦੇ ਦਿੰਦਾ, ਚਲੋ ਤਿੰਨ ਧੀਆਂ ਹੈ ਨਹੀਂ, ਚਲੋ ਤੇਰੇ ਵੀ ਤੂੰ ਨੇਕ ਹੁੰਦੀ, ਨੇਕ ਸੀਰਤ ਹੁੰਦੀ, ਮੇਰੀ ਖਿਦਮਤ ਤਾਂ ਕਰਦੀ, ਤੂੰ ਬੜੀ ਨੇਕ, ਅੱਲਾ ਤੇਰੇ ਹਾਥੀ ਕਰੇ, ਬੜੀ ਬੜੀ ਉਮਰ ਕਰੇ, ਅਤੇ ਤੂੰ ਦੁੱਧ ਲੈਣ ਚੱਲੀ ਤਾਂ ਪੁੱਤ ਧਿਆਨ ਨਾ ਜਾਵੀਂ, ਹਲਾਤ ਨਹੀਂ ਪੁੱਤ ਠੀਕ ਹੈਗੇ, ਕਦਮ ਜਿਹੜਾ ਰੱਖਣਾ ਪੁੱਤ ਮੇਰੀ ਇੱਜ਼ਤ ਦਾ ਖਾਸ ਕਰ ਰੱਖੀ ਅਤੇ ਬਾਹਰ ਰੱਖਣਾ ਕਦਮ ਸੋਚ ਕੇ ਰੱਖੀ, ਗਰੀਬ ਬੰਦੇ ਸਿਰਫ ਇੱਜ਼ਤ ਹੀ ਹੁੰਦੀ ਆ। ਮੈਂ ਯੂਰਪ ਜਾਵਾਂਗਾ, ਘਰ ਦੇ ਹਾਲਾਤ ਠੀਕ ਹੋ ਜਾਣਗੇ, ਟੈਨਸ਼ਨ ਨਾ ਲੈ, ਕੀ ਕਰਾਂ ਫਿਰ, ਨਹੀਂ ਟੈਨਸ਼ਨ ਨਹੀਂ ਲੈਣੀ ਬਾਪੂ, ਟੈਨਸ਼ਨ ਨਾ ਲੈ, ਮੈਨੂੰ ਤੂੰ ਇੱਕ ਦਫਾ ਭੇਜ, ਓਏ ਪੁੱਤ ਤੂੰ ਨਾ ਜਾ, ਮੈਂ ਤੇਰੀ ਮਿਹਨਤ ਕਰਦਾ ਵਾ, ਨਾ ਜਾ ਪੁੱਤ, ਦੇਸ਼ ਪੰਜਾਬ ਦੇ ਵਿੱਚ ਮਿਹਨਤ ਕਰ, ਜੇ ਲੱਖਾਂ ਲਾ ਕੇ ਬਾਹਰ ਜਾਣਾ ਨਾ ਕਰ, ਇੱਥੇ ਕਰ ਲਾ ਕਾਰੋਬਾਰ, ਚੰਗਾ ਰਹੇਗਾ। ਬਾ ਮੈਂ ਸੁੱਤੇ ਪੇ ਖਾਬ ਵੇਖੇ ਕਿ ਜਿਵੇਂ ਯੂਰਪ ਪਹੁੰਚ ਗਿਆ, ਤੂੰ ਸਮਝ ਮੈਂ ਪਹੁੰਚ ਗਿਆ, ਖਾਬ ਸੱਚਾ ਹੁੰਦਾ, ਤੂੰ ਛੱਡ ਦੇ, ਇਹਦਾ ਮਤਲਬ ਯੂਰਪ ਜਾਣਾ ਹੀ ਆ, ਜਾਣਾ ਹੀ ਜਾਣਾ, ਪੁੱਤ ਤੇਰੀ ਮਰਜ਼ੀ, ਮੱਝਾਂ ਵੇਚ, ਕੱਟੇ ਵੇਚ, ਕੁਛ ਪੈਸੇ ਦੇ, ਕੁਛ ਮੇਰੇ ਕੋਲ ਹੈ, ਮੈਂ ਨਿਕਲਾਂ, ਪੁੱਤ ਤੇਰੀ ਮਰਜ਼ੀ, ਹਾਂ ਗੁੱਡ, ਤੂੰ ਟੈਨਸ਼ਨ ਨਹੀਂ ਲੈਣੀ, ਤਾਂ ਧੀਰਾਂ ਦਾ ਵਿਆਹ ਕਰਨਾ ਸੀ, ਮੁੰਨੇ ਪੁੱਤਰ ਦਾ ਵੀ ਪਤਾ ਕਰ ਰਿਹਾ, ਤੂੰ ਆਪਣੇ ਮੁੰਡੇ ਭਰਾ ਦੇ ਪਤਾ ਕਰਾ, ਮੈਂ ਪਤਾ ਕਰਦਾ, ਠੀਕ ਹੈ ਤੂੰ ਟੈਨਸ਼ਨ ਨਾ ਲੈ। ਮੁੰਨਿਆ ਕਿੱਥੋਂ ਆਇਆ ਪੁੱਤਰ ਤੂੰ? ਅੱਬਾ ਬਾਹਰੋਂ ਫਿਰਦਾ ਆਇਆ ਵਾ, ਦੇ ਦੇ ਯਾਰ ਅੱਬਾ ਪੈਸੇ, ਦੇ ਦੇ ਯਾਰ, ਅਜੇ ਪੰਨੀ ਮੁੱਕੀ ਹੈ, ਉਹ ਤੁਸੀਂ ਜਵਾਨ ਜਾਂ ਆਏ ਕੋਈ ਮਿਹਨਤ ਕਰੋ, ਆ ਕਿੱਥੇ ਨਸ਼ਾ ਚ ਪੈ ਗਿਆ ਪੁੱਤਰ, ਨਸ਼ਾ ਤੇਰੀ ਉਮਰ ਹੀ ਖਰਾਬ ਕਰ ਦਿੱਤੀ, ਦੇ ਦੇ ਯਾਰ ਅੱਬਾ, ਦੇ ਦੇ ਯਾਰ, ਦੇ ਲੈ, ਕੀ ਅੱਬਾ ਦੇ ਦੇ, ਸਾਰੀ ਉਮਰ ਅੱਬੇ ਨੇ ਤੁਹਾਨੂੰ ਪਾਲਿਆ, ਉਹ ਤੁਹਾਡੀ ਮਾਂ ਨਿੱਕੇ ਆਉਂਦਾ ਨਹੀਂ ਮਰ ਗਈ, ਯਾਰ ਦੇ ਦੇ ਅੱਜ ਨਸ਼ਾ ਮੁੱਕਾ ਯਾਰ, ਇੱਧਰ ਆ ਮੇਰੀ ਚਿੱਟੀ ਦਾੜੀ ਵਾਲੀ, ਕੋਈ ਸ਼ਰਮ ਕਰ ਤੇ ਕੋਈ ਹਿਆ ਕਰ, ਕੋਈ ਕੰਮ ਕਰ, ਆ ਛੱਡ ਨਸ਼ਾ ਨਸ਼ਾ ਨੂੰ, ਕੀ ਮੁਸੀਬਤ ਖਾਣਾ ਗਲ ਪਾਇਆ ਤੂੰ, ਦੇ ਦੇ ਯਾਰ ਅੱਬਾ, ਅੱਜ ਦੇ ਯਾ ਅੱਲਾ, ਜਾਨ ਟੁੱਟਣ ਦੀ, ਕਿਸਦਾ ਧੀ ਪੁੱਤਰ ਨਸ਼ੇ ਦੇ ਬਿਨਾ ਲੱਗੇ, ਅੱਬਾ ਜਾਨ ਟੁੱਟਣ ਦੀ ਯਾਰ, ਹੇ ਲਾ 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 ਲਾ, ਯੈਸ ਅੱਬਾ, ਮਿਲ ਗਿਆ ਲਾਇਸੈਂਸ, ਵੀਜ਼ਾ ਮਿਲ ਗਿਆ, ਮੈਂ ਜਾ ਰਿਹਾ ਬਾਹਰ, ਓਏ ਹੇ ਪੁੱਤ ਤੁਹਾਨੂੰ ਕਿੱਦਾਂ ਸਮਝਾਵਾਂ, ਓਏ ਦੋ ਪੁੱਤ ਦੋਵੇਂ ਨਿਕੰਮੇ, ਇੱਕ ਨੂੰ ਬਾਹਰ ਦਾ ਭੂਤ ਸਵਾਰ ਹੈ, ਇੱਕ ਨਸ਼ਈ, ਇਹਨੇ ਇੱਥੇ ਮਰ ਜਾਣਾ, ਮੈਂ ਤੇਰੇ ਨਾਲ ਕੰਮ ਆਉਂ, ਟੈਨਸ਼ਨ ਨਾ ਲੈ, ਓ ਦੁਆ ਮੰਗ ਖੈਰ ਦੀ ਕੋਈ, ਤੇਰਾ ਵੀਰ ਆ ਨਿੱਕਾ, ਤੂੰ ਉਹਨੇ ਮਰ ਗਿਆ, ਇਹਦੀ ਵਜ੍ਹਾ ਤੂੰ ਰਿਸ਼ਤਾ ਖਰਾਬ ਹੋਣ ਡਿਆ, ਛੋਟੀ ਭੈਣ ਦਾ ਇਹਦੀ ਵਜ੍ਹਾ ਤੂੰ ਸੋਇਆ, ਮੇਰੀ ਭੈਣ ਰੁੱਲ ਗਈ, ਇਹਦੀ ਵਜ੍ਹਾ ਤੂੰ ਰਿਸ਼ਤੇਦਾਰ, ਸਾਨੂੰ ਮੂੰਹ ਨਹੀਂ ਲਾਉਂਦੇ, ਉਹ ਛੱਕਾ ਸਾਡਾ ਚਾਚਾ ਰੁੱਲ ਗਿਆ ਸਾਡੇ ਨਾਲ, ਮੂੰਹ ਨਹੀਂ ਮੱਥੇ ਲੱਗਦਾ, ਬਾਸ਼ਾ ਵੀਰ ਮੈਨੂੰ ਦੇ ਦੇ ਯਾਰ ਪੈਸੇ, ਅੱਜ ਬੜਾ ਜੀ ਸਮਝਾ ਕਰਦਾ ਪਿਆ, ਜਾਨ ਟੁੱਟਣ ਦੀ, ਮੈਨੂੰ ਰੁਪਏ ਰੁਪਏ ਜ਼ਰੂਰਤ ਨਾ, ਬਾਹਰ ਜਾਣਾ, ਬਾਸ਼ਾ ਪੁੱਤ ਤੇਰੀ ਠੀਕ ਆ, ਮੇਰੇ ਭਰਾ ਦੇ ਮੇਰੇ ਬੜੇ ਅੱਛੇ ਤਲੇ ਸੀ,
ਸਾਰੇ ਮੁੰਨੇ ਤੇਰੀ ਵਜ੍ਹਾ ਤੋਂ ਖਰਾਬ ਹੋਏ ਆ। ਤੇਰੀ ਭੈਣ ਦੇ ਅੱਗੇ ਆਉਣਾ ਦੋਣਾ ਦੇ ਅੱਗੇ ਅੱਬਾ ਦੇ ਦੇ ਯਾਰ ਪੈਸੇ ਯਾਰ ਜਾਨ ਅੱਬੇ ਨੂੰ ਦੁਖੀ ਕਰ ਛੱਡਾ ਤੂੰ ਟੈਨਸ਼ਨ ਵਾਲਾ ਪਰ ਰੋ ਨਾ ਨਿੱਕਾ ਨਿੱਕਾ ਨਾ ਉੱਥੇ ਪਹੁੰਚ ਗਿਆ ਤੇ ਤੈਨੂੰ ਪਹੁੰਚਾ ਦੂੰ ਪੈਸੇ। ਅੱਬਾ ਯਾਰ ਜਾਨ ਟੰਨੀ ਦੇ ਦੇ ਯਾਰ ਪੈਸੇ ਅੱਬੇ ਨੂੰ ਇਕੱਲੇ ਰੁਲਣ ਵਾਲੇ ਛੱਡ ਜਾਓ ਇੱਥੇ। ਚੱਲ ਕੋਈ ਨਹੀਂ ਮੈਨੂੰ ਚੱਫੀ ਪਵਾ ਤੂੰ ਚੱਲੀਏ ਤੂੰ ਛੱਡ ਤੂੰ ਟੈਨਸ਼ਨ ਨਾ ਲੈ ਯਾਰ ਪੁੱਤਰ ਗੱਲ ਸੁਣ ਅੱਬਾ ਕੁਛ ਨਹੀਂ ਹੁੰਦਾ ਉਹ ਕੁਛ ਕਿਉਂ ਨਹੀਂ ਹੁੰਦਾ ਪੁੱਤ ਕੁਛ ਕਿਉਂ ਨਹੀਂ ਹੁੰਦਾ ਬੁੱਢਾ ਬੰਦਾ ਵਾ ਰੁਲੂ ਇੱਥੇ ਭੈਣ ਤੁਹਾਡੀ ਜਵਾਨ ਵਾਹ ਤੁਸੀਂ ਕੀ ਰੋਲਾ ਪਾਇਆ ਹੋਇਆ ਹੈ ਇੱਕ ਤੇ ਨਸ਼ਈ ਦੂਸਰੇ ਨੂੰ ਯੂਰਪ ਦੇ ਖਵਾਬ ਪਏ ਕੀ ਮੇਰੇ ਪਿਓ ਨੂੰ ਸਤਾਇਆ ਆ ਤੁਸੀਂ ਕੀ ਆਖਿਆ ਹੈ ਸਹੀ ਆਖਿਆ ਪੁੱਤਰ ਇਹ ਕਿੱਥੋਂ ਨਸ਼ਈ ਪੱਲੇ ਪੈ ਗਿਆ ਇੱਕ ਯੂਰਪ ਦੇ ਖਵਾਬ ਦੇਖਣ ਡਿਆ ਮੈਨੂੰ ਪੁੱਤ ਤੇਰਾ ਜ਼ਿਆਦਾ ਤੇ ਟੈਨਸ਼ਨ ਨਹੀਂ ਲੈ ਅੱਛਾ ਪੁੱਤ ਖੈਰ ਨਾ ਜਾਈ ਤੇ ਖੈਰ ਨਾ ਆਈ ਪੁੱਤ ਤੇ ਪਿੱਛੇ ਭੈਣ ਦਾ ਵੀ ਖਿਆਲ ਰੱਖਾਈ ਉਹ ਤੈਨੂੰ ਵੀ ਪੈਸੇ ਦੇਣਾ ਉਹ ਮੇਰਾ ਪੁੱਤਰ ਮੁੰਨਾ ਮੇਰਾ ਵੀਰ ਟੈਨਸ਼ਨ ਨਹੀਂ ਲੈਣੀ ਅੱਛਾ ਭੈਣ ਮੇਰੀ ਇਹ ਟੈਨਸ਼ਨ ਨਹੀਂ ਲੈਣੀ ਤੇਰਾ ਆ ਕੇ ਮੈਂ ਸਭ ਸਭ ਲਊ ਦੁਆ ਕਰ ਮੈਨੂੰ ਖੈਰੀ ਪਹੁੰਚ ਦੇ ਆ ਤੈਨੂੰ ਜਿਮੀ ਕੋਲ ਨਸ਼ਾ ਲੈ ਕੇ ਦਾਂ ਵੇਖ ਲਾ ਭੈਣ ਤੇਰਾ ਕਿੱਦਾਂ ਸੋਚਦੀ ਆ ਤੈਨੂੰ ਕੋਈ ਖਿਆਲ ਹੈਗਾ ਯੂਰਪ ਯੂਰਪ ਲਾਈ ਆ ਮੇਰਾ ਵੀ ਸੋਚ ਲਓ ਯਾਰ ਕੁਛ ਜਾਨ ਟੁੱਟੀ ਜਾਂਦੀ ਆ ਏਦਾਂ ਕਰ ਇਹਨੂੰ ਵੀ ਲਾ ਲੈ ਯੂਰਪ ਨਾਲ ਹੀ ਭਾਈ ਰੋਣ ਜਾ ਕਰ ਰਿਹਾ ਸ਼ਾਇਸਤਾ ਵੀ ਨਹੀਂ ਨਜ਼ਰ ਆ ਰਹੀ ਇੱਥੇ ਓਏ ਹੋਏ ਜ਼ਾਹਦ ਕਿੱਥੇ ਟੱਕਰ ਗਿਆ ਆਏ ਹਾਏ ਸੋਹਣਿਓ ਕਿੱਥੇ ਚੱਲੇ ਹੋ ਸਾਨੂੰ ਵੀ ਟਾਈਮ ਦੇ ਦਿਆ ਕਰੋ ਜ਼ੁਬਾਨ ਸੰਭਾਲ ਕੇ ਗੱਲ ਕਰ ਮੇਰੇ ਭਰਾਵਾਂ ਨੂੰ ਜਾਣਦਾ ਨਹੀਂ ਤੂੰ ਉਹਨਾਂ ਨੇ ਤੇਰੇ ਟੋਟੇ ਕਰ ਦੇਣੇ ਟੋਟੇ ਤੁਸੀਂ ਮੈਨੂੰ ਜਾਨੋ ਮਾਰ ਹੀ ਦਿਓ ਨਾਲੇ ਗੱਲ ਸੁਣ ਮੇਰੀ ਤੈਨੂੰ ਪਤਾ ਮੈਂ ਤੇਰਾ ਮੰਗੇਤਰ ਹਾਂ ਵੇ ਜਾ ਜਾ ਮੰਗੇਤਰ ਆ ਮੂੰਹ ਵਿੱਚ ਪੁੱਛ ਮੇਰੇ ਬਚਪਨ ਦੀ ਤੂੰ ਮੰਗ ਏ ਤੇ ਮੈਂ ਮੰਗ ਨਹੀਂ ਛੱਡਣੀ ਛੱਡ ਮੇਰੀ ਬਾਹ ਤੈਨੂੰ ਮੈਂ ਕਿਹਾ ਮੇਰੀ ਬਾਹ ਛੱਡ ਤੂੰ ਮੇਰੇ ਚਾਚੇ ਦਾ ਪੁੱਤ ਨਾ ਹੁੰਦਾ ਤੇ ਚਪੇੜਾ ਮਾਰ ਮਾਰ ਤੇਰਾ ਮੂੰਹ ਲਾਲ ਕਰ ਦੇਣਾ ਸੀ ਮੈਂ ਓਹੋ ਐਡੇ ਸੋਹਣੇ ਮੁਕੜੇ ਦੇ ਐਡਾ ਗੁੱਸਾ ਜੱਚਦਾ ਨਹੀਂ ਓ ਜਾ ਜਾ ਸੋਹਣਾ ਮੂੰਹ ਆਪਣਾ ਮੂੰਹ ਵੇਖਿਆ ਸ਼ੀਸ਼ੇ 'ਚ ਆਏ ਵਿਆਹ ਕਰਾਉਣਾ ਪੁੱਤਰ ਇੱਥੇ ਬੈਠ ਮਿਲਤੀ ਆਣ ਕੇ ਮੇਰੇ ਕੋਲ ਤੇ ਕੀ ਗੱਲ ਹੈ ਜੀ ਪਰੇਸ਼ਾਨ ਪੁੱਤ ਕਿਉਂ ਆ ਤੂੰ ਕਿਉਂ ਡੇਰੋਂ ਆਈ ਆ ਦੁੱਧ ਲੈ ਕੇ ਪਰੇਸ਼ਾਨੀ ਅੱਬਾ ਪਰੇਸ਼ਾਨ ਨਾ ਹੋਵਾਂ ਤੇ ਕੀ ਹੋਵਾਂ ਅੱਜ ਜ਼ਾਹਦ ਨੇ ਮੇਰਾ ਰਾਹ ਰੋਕਿਆ ਤੇ ਸ਼ਾਦੀ ਦਾ ਪੁੱਛਦਾ ਪਿਆ ਸੀ ਹੈਂ ਜ਼ਾਹਦ ਨੇ ਰੋਕਿਆ ਨਾ ਆਹੋ ਅੱਬਾ ਹੁਣ ਮੈਂ ਭਰਾਵਾਂ ਨਾਲ ਤੇ ਗੱਲ ਨਹੀਂ ਕਰ ਸਕਦੀ ਮੈਂ ਤੇਰੇ ਤੈਨੂੰ ਹੀ ਸਭ ਕੁਝ ਸਮਝਦੀ ਆ ਤੂੰ ਹੀ ਮੇਰੀ ਮਾਂ ਹੈ ਤੇ ਤੂੰ ਹੀ ਮੇਰਾ ਪਿਓ ਹੈ ਹਾਂ ਧੀਏ ਤੂੰ ਸੱਚੀ ਗੱਲ ਕੀਤੀ ਆ ਉਹ ਤੇ ਮੈਨੂੰ ਬੜਾ ਕੁਝ ਕਹਿੰਦਾ ਪਿਆ ਸੀ ਕਿ ਤੇਰੀ ਨਿੱਕੇ ਹੁੰਦੇ ਆ ਮੇਰੇ ਨਾਲ ਮੰਗਣੀ ਹੋਈ ਹੈ ਕੀ ਗੱਲ ਸੱਚ ਹੈ ਪੁੱਤਰ ਬਿਲਕੁਲ ਸੱਚ ਹੈ ਮੈਂ ਜ਼ੁਬਾਨ ਦਿੱਤੀ ਸੀ ਕਿਉਂਕਿ ਮੇਰਾ ਭਰਾ ਤੇ ਮੈਂ ਉਦੋਂ ਬੜਾ ਸਾਡਾ ਸਲੂਕ ਸੀ ਆਪਸ ਚ ਬੜਾ ਕੁਝ ਕਹਿੰਦਾ ਪਿਆ ਸੀ ਮੈਂ ਤੈਨੂੰ ਪਿਆਰ ਕਰਦਾ ਵਾਂ ਇਹ ਆ ਉਹ ਆਬਾ ਹੁਣ ਮੈਂ ਕੀ ਕੁਛ ਉਹਦਾ ਸੁਣ ਕੇ ਆਈ ਆ ਪੁੱਤ ਤੂੰ ਮੈਨੂੰ ਦੱਸਦਾ ਨਾ ਮੈਂ ਆਪਣੇ ਭਰਾ ਨਾਲ ਗੱਲ ਕਰੀ ਉਹਦਾ ਆਖ ਸੀ ਤੇਰੇ ਨਾਲ ਨਹੀਂ ਸੀ ਕਰਨਾ ਚਾਹੀਦਾ ਮੇਰਾ ਭਰਾ ਮੇਰੇ ਨਾਲ ਕਰਦਾ ਮੇਰਾ ਮਾਂ ਜਾਇਆ
ਠੀਕ ਹੈ ਮੈਂ ਗਰੀਬ ਜ਼ਰੂਰ ਹਾਂ ਮੈਂ ਇੱਜ਼ਤਦਾਰ ਉਹ ਕੋਲ ਪੈਸਾ ਹੈ ਪੁੱਤ ਪੈਸੇ ਦਾ ਮਾਣ ਹੈ ਮੇਰੇ ਭਰਾ ਨੂੰ ਆਹੋ ਅੱਬਾ ਇਹੋ ਹੀ ਗੱਲ ਇਹ ਮੈਂ ਹੁਣ ਚੱਲਾਂ ਡੇਰੇ ਅਤੇ ਘਰ ਦਾ ਖਿਆਲ ਰੱਖੀ ਅੱਬਾ ਮੈਂ ਘਰ ਇਕੱਲੀ ਨਹੀਂ ਰਹਿਣਾ ਮੈਂ ਵੀ ਤੇਰੇ ਨਾਲ ਜਾਣਾ ਅੱਛਾ ਤੂੰ ਵੀ ਮੇਰੇ ਨਾਲ ਜਾਣਾ ਚੱਲ ਉੱਠਦਾ ਫਿਰ ਨੀਤੀ ਉੱਠਦਾ ਕੀ ਆ ਮਸਲਾ ਕੀ ਹੈ ਯਾਰ ਉਹ ਚਾਚੇ ਦੀ ਕੁੜੀ ਨਾਲ ਮੇਰੀ ਮੰਗਣੀ ਹੋਈ ਸੀ ਅੱਛਾ ਉਹ ਜ਼ੋਇਆ ਨਾਲ ਉਹ ਜ਼ੋਇਆ ਨਾਲ ਅੱਛਾ ਉਹ ਵੀ ਨਖਰੇ ਕਰਦੀ ਆ ਉਹ ਤੇ ਉਹਦਾ ਪਿਓ ਵੀ ਨਖਰੇ ਕਰਦਾ ਠੀਕ ਓਏ ਉਹ ਤੇ ਇੱਕ ਪਾਸੇ ਯਾਰ ਮੇਰਾ ਪਿਓ ਦੇ ਹੀ ਯਾਰ ਉਹਨੂੰ ਨਹੀਂ ਸਾਹ ਹੈਗਾ ਆਪਣੇ ਪੁੱਤ ਦਾ ਕੀ ਕਹਿੰਦਾ ਕੀ ਹੋਣਾ ਉਹ ਕਹਿੰਦਾ ਅਸੀਂ ਅਮੀਰ ਆ ਉਹ ਗਰੀਬ ਆ ਓਏ ਗਰੀਬ ਅਮੀਰ ਅੱਲਾਹ ਤਾਲਾ ਦੇ ਵਾਸ ਆ ਕੋਈ ਗੱਲ ਨਹੀਂ ਉਹ ਰਿਸ਼ਤੇਦਾਰ ਦਾ ਨਾ ਚਾਚੇ ਤਾਇਆ ਦਾ ਹੈ ਨਾ ਯਾਰ ਉਹ ਨਾ ਬਰਹਾਲ ਤੂੰ ਮੇਰੇ ਪਿਓ ਨਾਲ ਜਾ ਗੱਲ ਕਰ ਮੈਂ ਬਹੁਤ ਦਿਮਾਗ ਮੇਰਾ ਖਰਾਬ ਹੋਇਆ ਮੈਂ ਉਹਨਾਂ ਨਾਲ ਕਰ ਲੈ ਤੂੰ ਪਰੇਸ਼ਾਨ ਨਾ ਹੋ ਇਹਨਾਂ ਜਜ਼ਬਾਤ ਨਹੀਂ ਆਈਦਾ ਮੈਂ ਜਾ ਕੇ ਗੱਲ ਕਰ ਲੈਂਦਾ ਵਾਂ ਦੇਖ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਆ ਦੇਖ ਝੁਮਕੇ ਤੇਰੇ ਵਾਸਤੇ ਮੈਂ ਲੈ ਕੇ ਆਇਆ ਸ਼ਹਿਰੋਂ ਹਾਏ ਹਾਏ ਮੈਂ ਨਹੀਂ ਲੈਣੇ ਮੈਂ ਆਪਣੇ ਅੱਬੇ ਕੋਲੋਂ ਕੁੱਟ ਖਾਣੀ ਅਮਲੀ ਤੂੰ ਡਰਦੀ ਕਿਉਂ ਤੇਰੇ ਨਾਲ ਮੇਰੀ ਬਚਪਨ ਦੀ ਮੰਗਣੀ ਹੋਈ ਆ ਕੌਣ ਮਾਰੂ ਤੈਨੂੰ ਓਹੋ ਹੌਲੀ ਬੋਲ ਕੋਈ ਸੁਣ ਲੇਗਾ ਇਹ ਪਿੰਡ ਆ ਕੋਈ ਸ਼ਹਿਰ ਨਹੀਂ ਜਿੱਥੇ ਰੌਲਾ ਪਾਈ ਜਾਂਦਾ ਨਾਲੇ ਦੱਸ ਕੀ ਲੈ ਕੇ ਆਇਆ ਝੁਮਕੇ ਲੈ ਕੇ ਆਇਆ ਤੇਰੇ ਵਾਸਤੇ ਨਾਲੇ ਸੁਣਨ ਦੀ ਗੱਲ ਕਿਸੇ ਹੋਰ ਨੂੰ ਕਰੀ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਤੂੰ ਮੇਰਾ ਪਿਆਰ ਆ ਮੈਂ ਤੈਨੂੰ ਪਿਆਰ ਕਰਦਾ ਹਾਂ ਸਮਝਾ ਕੇ ਇਦਾਂ ਨਾ ਕਰੇ ਮੇਰੀ ਇੱਜ਼ਤ ਦਾ ਮਸਲਾ ਕਹਿੰਦਾ ਕੀ ਹੁਣ ਤੈਨੂੰ ਉਹ ਪਤਾ ਨੀ ਕੀ ਕੁਝ ਕਹੀ ਜਾਂਦਾ ਮੇਰੇ ਤੇ ਸਮਝੋ ਬਾਹਰ ਇਹ ਗੱਲ ਤੁਸੀਂ ਮੇਰਾ ਵੀਰ ਉਹਨੂੰ ਸਮਝਾਓ ਅੱਛਾ ਤੂੰ ਪਰੇਸ਼ਾਨ ਆ ਮੇਰੀ ਭੈਣ ਮੈਂ ਉਹਨੂੰ ਸਮਝਾ ਲੈਂਦਾ ਮੈਂ ਜਾ ਕੇ ਨਾ ਗੱਲ ਕਰਦਾ ਉਹਦੇ ਨਾਲ ਅੱਜ ਤੋਂ ਬਾਅਦ ਇਸ ਤਰ੍ਹਾਂ ਨਹੀਂ ਕਰਦਾ ਠੀਕ ਹੈ ਤੂੰ ਚੱਲ ਨਾਲ ਧਿਆਨ ਨਾਲ ਜਾ ਕਰ ਠੀਕ ਹੈ ਹਾਂ ਪੁੱਤ ਕਿੱਥੇ ਆ ਮੈਂ 2 ਸਾਲ ਚੱਲਾ ਸੀਗਾ ਉਹਦੀ ਕਿਤਾਬ ਉਹਨੂੰ ਦੇਣੀ ਤੈਨੂੰ ਪਤਾ ਮੈਂ ਉਦਾਸ ਹੋ ਜਾਂਦਾ ਤੇ ਤੂੰ ਜੇ ਤੂੰ ਨਹੀਂ ਆਉਂਦਾ ਤਾਂ ਫਿਰ ਮੈਂ ਪਰੇਸ਼ਾਨ ਹੋ ਜਾਂਦਾ ਹੋ ਅੱਛਾ ਆ ਜਾਂਦਾ ਵਾਂ ਮੈਂ ਕਿਹਾ ਤੇ ਮੈਂ ਕਿਹਾ ਮੈਂ ਆ ਜਾਂਦਾ ਆ ਜਾਂਦਾ ਨਾ ਪਰੇਸ਼ਾਨ ਨਾ ਕਰੋ ਹਾਂਜੀ ਮੈਂ ਆ ਜਾਂਦਾ ਓਕੇ ਓਕੇ ਲਵ ਆਇਆ ਯਾਰ ਛੇਤੀ ਆ ਜਾ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਮੈਂ ਵੀ ਕੰਮ ਜਾਣਾ ਆ ਜਾ ਮੇਰਾ ਪੁੱਤ ਪੈਰ ਹੋਵੇ ਤੇਰੀ ਅੱਛਾ ਚੱਲ ਠੀਕ ਅਸਲਾਮ ਅਲੈਕੁਮ ਬਿਸਮਿਲਲਾ ਕੀ ਹਾਲ ਆ ਬੂ ਜੀ ਠੀਕ ਆ ਬੇਟਾ ਸ਼ੁਕਰ ਹੈ ਠੀਕ ਆ ਸਭ ਠੀਕ ਆ ਤੂੰ ਇਦਾਂ ਕਰ ਜਾ ਡੇਰੇ ਤੇ ਡੇਰੇ ਤੇ ਮੋਟਰਸਾਈਕਲ ਰਹਿੰਦੇ ਤੂੰ ਜਾ ਡੇਰੇ ਤੇ ਉੱਥੇ ਮਾਲ ਡੰਗਰ ਦਾ ਧਿਆਨ ਰੱਖੀ ਤੇ ਮੈਂ ਆਪਣੇ ਦੋਸਤ ਨੂੰ ਮਿਲ ਕੇ ਆਣਾ ਮੇਰਾ ਅੱਜ ਬੜਾ ਦਿਲ ਉਦਾਸ ਹੋਇਆ ਅੱਜ ਮੈਂ ਜਰਾ ਝੱਟ ਉਹਦੇ ਕੋਲ ਗੱਪਸ਼ਪ ਲਾ ਕੇ ਆਉਣਾ ਚਲੋ ਠੀਕ ਆ ਜੀ ਲੋ ਕਰਮ ਸ਼ੁਕਰ ਤੁਸੀਂ ਆਪਣੇ ਸੁਣਾਓ ਠੀਕ ਹੋ ਖੈਰ ਹੋਵੇ ਖੈਰ ਹੋਵੇ ਤੇਰੀ ਸਾਧ ਮੈਨੂੰ ਮਿਲਿਆ ਸੀਗਾ ਕੀ ਕਹਿੰਦਾ ਉਹ ਕਹਿੰਦਾ ਸੀ ਜੇ ਮੇਰੀ ਮੰਗੇਤਰ ਹੈ ਉਹ ਜ਼ੋਇਆ ਤੇ ਮੈਂ ਉਹਦੇ ਨਾਲ ਵਿਆਹ ਕਰਨਾ ਵਾ ਤੇ ਬੜਾ ਤੱਪਿਆ ਫਿਰਦਾ ਵਾ ਤੇ ਉਹਦਾ ਕੁਛ ਕਰੋ ਉਹਨੂੰ ਕੁਝ ਸਮਝਾਓ ਯਾਰ ਪਤਾ ਕੀ ਗੱਲ ਆ ਉਹ ਮੇਰਾ ਭਰਾ ਵਾ ਲੇਕਿਨ ਉਹ ਗਰੀਬ ਆ ਅਸੀਂ ਹੁਣ ਸਾਡੇ ਪੈਸੇ ਵਾਲੇ ਲੋਕ ਆ ਅਸੀਂ ਕਿਤੇ ਅੱਛੇ ਤਰੀਕੇ ਅੱਛੀ ਜਗ੍ਹਾ ਤੇ ਅਸੀਂ ਉਹਦਾ ਰਿਸ਼ਤਾ ਕਰਨਾ ਵਾ
ਤੇ ਸਾਡਾ ਕੋਈ ਉਧਰ ਹਿਸਾਬ ਕਿਤਾਬ ਨਹੀਂ ਲੱਗਦਾ ਉਹਨੂੰ, ਸਗੋਂ ਤੂੰ ਸਮਝਾ ਕਿ ਪਿਓ ਦੇ ਨਾਲ ਚੱਲੇ, ਪਿਓ ਦੀ ਮੰਨੇ। ਉਹ ਤਾਂ ਤੁਹਾਡੀ ਗੱਲ ਸਹੀ ਹੈ ਸਮਝਾ, ਲੇਕਿਨ ਤੁਹਾਡੀ ਪਹਿਲੇ ਬਚਪਨ ਦੀ ਕਹਿੰਦੇ ਉਹ ਸਾਡੀ ਗੱਲ ਹੋਈ ਮਗੇਤਰ ਉਹ ਗੱਲ ਹੋਈ ਆ, ਉਦੋਂ ਹੋਰ ਦੌਰ ਸੀ, ਹੁਣ ਦੌਰ ਬਦਲ ਗਿਆ। ਸਮਝਾ ਉਹਨੂੰ, ਕਹਿ ਹਲੇ ਪੜ੍ਹ ਲਿਖ ਲਾ ਤੇ ਉਸ ਤੋਂ ਬਾਅਦ ਜਿਹੜਾ ਲੱਗ ਜਾ। ਲੱਗਦੀ ਢੋਲਾ ਸਾਨੂੰ ਪਿਆਰ ਦੇ ਨਸ਼ਿਆਂ ਤੇ ਲਾ ਕੇ, ਹੁਣ ਸਾਡਾ ਜਾਨੂ ਨਹੀਂ ਬਣਦਾ, ਤੇ ਹੁਣ ਸਾਡਾ ਜਾਨੂ ਨਹੀਂ ਬਣਦਾ। ਹਾਏ ਹਾਏ, ਕਿਹਦਾ ਕਰਕੇ ਨਸ਼ਾ ਛੱਡਿਆ ਸੀ, ਉਹਦਾ ਕਰਕੇ ਫਿਰ ਬੀਨਾ ਪੈ ਗਿਆ, ਹੁਣ ਕੀ ਕਰੀਏ। ਜੂਰੇ ਲਾਲ ਭੇੜੇ ਪਾਰ
ਅੱਛਾ ਪੁੱਤ ਬੜਾ ਹੀ ਘਬਰਾ ਪੈ ਗਿਆ, ਮੈਂ ਧੋ ਕੇ ਪਾਣੀ ਲੈ ਗਿਆ ਮੇਰੇ ਲਈ ਪਾਣੀ ਲੈ ਗਿਆ। ਪਾਣੀ ਕੀ ਪੀਣਾ ਵਾ ਅੱਬਾ, ਮੈਂ ਹੁਣੇ ਆਈ। ਪਾਣੀ ਨੂੰ ਪਤਾ ਨਹੀਂ ਕੀ ਕਰਦੇ ਰਹਿੰਦੇ ਤੁਸੀਂ। ਹੋਇਆ ਕੀ ਹੋਇਆ ਇੱਥੇ ਬੈਠ, ਕੀ ਹੋਇਆ ਵਾ ਮੈਨੂੰ ਹੁਣ ਦੱਸ ਕੀ ਮਸਲਾ ਵਾ। ਓਹੋ ਰੋਈ ਜਾਨੀ, ਮੈਨੂੰ ਮਸਲਾ ਤੇ ਦੱਸ ਕੀ ਹੋਇਆ। ਪਤਾ ਨਹੀਂ ਕੀ ਕੀ ਆਪਤ ਆ ਗਈ ਏ। ਓਹੋ ਉਹ ਦੱਸੇਂਗੀ ਤੇ ਪਤਾ ਲੱਗੇਗਾ। ਮੇਰੇ ਦੋਵੇਂ ਭਰਾ ਮਰ ਗਏ ਤੇ ਮੈਨੂੰ ਲੱਗਦਾ ਆਪਣਾ ਵਿਆਹ ਨਹੀਂ ਹੋ ਸਕਦਾ। ਆ ਫੜ ਲੈ ਆਪਣੀਆਂ ਚੀਜ਼ਾਂ। ਓਏ ਕੀ ਕਹਿ ਰਹੀ ਆ ਤੂੰ? ਮੇਰੇ ਅੱਬੂ ਦੀ ਵੀ ਤਬੀਅਤ ਠੀਕ ਨਹੀਂ, ਮੇਰਾ ਵੀ ਭਰਾ ਮਰ ਗਿਆ। ਨਹੀਂ ਸੋਇਆ ਨਹੀਂ। ਨਾਜ਼ਰੀਨ ਹੁਣੇ ਤੁਸੀਂ ਦੇਖ ਰਹੇ ਸੀ ਅੱਜ ਦੀ ਕਹਾਣੀ ਪਰਦੇਸ, ਇੱਕ ਮਜ਼ਦੂਰ ਬਾਪ ਔਰ ਇਸ ਦਾ ਅੰਜਾਮ। ਅੱਜ ਦੀ ਕਹਾਣੀ ਬਣਾਉਣ ਦਾ ਮਕਸਦ, ਖੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੇ ਦੇਸ਼ 'ਚੋਂ ਕਦੇ ਵੀ ਪ੍ਰਦੇਸ਼ ਨਾ ਜਾਓ। ਪ੍ਰਦੇਸ਼ ਜਾਣ ਤੋਂ ਪਹਿਲੇ ਇੱਕ ਵਾਰ ਜ਼ਰੂਰ ਸੋਚਣਾ ਕਿ ਮੇਰੇ ਨਾਲ ਕਿੰਨੇ ਜੁੜੇ ਹੋਏ ਰਿਸ਼ਤੇ ਮੌਜੂਦ ਨੇ, ਬਜ਼ੁਰਗ ਬਾਪ, ਬਜ਼ੁਰਗ ਮਾਂ, ਭੈਣ ਭਾਈ, ਬੀਵੀ, ਬੱਚੇ, ਲੇਕਿਨ ਸਾਰਾ ਕੁਝ ਇਹਦੇ ਵਿੱਚ ਜ਼ਰੂਰ ਰੱਖਣਾ। ਅਗਰ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ 1 ਵਜੇ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਰਹੇ। ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।